ਤਰੀਕੇ ਦਾ ਜੀ ਉਹਦੇ ਵਾਸਤੇ ਐਂ ਤੁਹਾਨੂੰ ਤੁਸੀਂ ਉੱਥੇ ਟੈਂਡਰ ਕਰਕੇ ਸਾਨੂੰ ਕਿਸੇ ਨੂੰ ਸੱਦਿਆ ਪੁੱਛਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਲਿਆ ਕੇ ਭਾਈ ਇੱਕ ਮਿੰਟ ਪਹਿਲਾਂ ਲੈਣ ਦੋ ਬਣਾਉਣ ਵਾਲਾ ਠੇਕੇਦਾਰ ਸੀ ਉਹ ਲਿਆ ਕੇ ਵੀ ਆਈ ਇਹ ਛੋਟੀ ਜਿਹੜੀ ਸੜਕ ਤੇ ਅੰਮ੍ਰਿਤਸਰ ਦੀ ਸੜਕ ਦੇ ਕੰਢੇ ਬੰਦੇ ਤੇ ਟੈਲਾਂ ਲਾਉਂਦੇ ਆ ਕਰ ਲਾ ਥੋੜਾ ਜਿਹਾ ਹੋਰ ਕਰ ਲਾ ਕੋਈ ਗੱਲ ਕਰ ਲਾ ਕਰ ਲਾ ਨਾਰਾਜ਼ ਨਹੀਂ ਬ੍ਰੈਸ ਰੋਡ ਦਾ ਮੇਅਰ ਆਉਂਦਾ ਮੇਅਰ ਆ ਜਾ ਜਾ ਜਗਤ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਨੂੰ ਖਾਲਸਾਈ ਪਰੰਪਰਾ ਅਤੇ ਰਵਾਇਤਾਂ ਅਨੁਸਾਰ ਵਿਸ਼ਵ ਭਰ ਵਿੱਚ ਮਨਾਉਣ ਅਤੇ ਪ੍ਰਮੁੱਖ ਸਮਾਜਿਕ ਸਮਾਗਮ ਨਨਕਾਣਾ ਸਾਹਿਬ ਪਾਕਿਸਤਾਨ 'ਚ ਅਤੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਰਨ ਲਈ ਅਤੇ ਨਾਲ ਹੀ ਡੇਰਾ ਬਾਬਾ ਨਾਨਕ ਇਹਨਾਂ ਸਾਰੇ ਪ੍ਰੋਗਰਾਮਾਂ ਦੀ ਰੂਪਰੇਖਾ ਉਲੀਕਣ ਵਾਸਤੇ ਕੇਂਦਰੀ ਅਤੇ ਰਾਜ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਬਾਣੀ ਦਿਵਸ 8/22 ਨੂੰ ਹਰੇਕ ਸਾਲ ਮਨਾਇਆ ਜਾਵੇਗਾ, ਜਿਸ ਵਿੱਚ ਜਪਜੀ ਸਾਹਿਬ ਅਤੇ ਸੰਗਤੀ ਰੂਪ ਵਿੱਚ ਪਾਠ ਕੀਤੇ ਜਾਣਗੇ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਧਰਮ ਪ੍ਰਚਾਰ ਕੇਂਦਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਭ ਆਫਿਸ ਖੋਲ੍ਹੇ ਜਾਣਗੇ, ਜਿਨ੍ਹਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਅਤੇ ਸਥਾਨਕ ਗੁਰਦੁਆਰਿਆਂ ਦਾ ਪ੍ਰਬੰਧ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿੱਚ ਕੀਤਾ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਿਤ ਧਾਰਮਿਕ ਵਿੱਦਿਅਕ ਅਦਾਰਿਆਂ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਪ੍ਰੋਗਰਾਮ, ਡਾਕੂਮੈਂਟਰੀ ਫਿਲਮਾਂ, ਬੱਚਿਆਂ ਦਾ ਕਥਾ ਕੀਰਤਨ, ਸਿੱਖ ਇਤਿਹਾਸ ਨਾਲ ਸੰਬੰਧਿਤ ਸਵਾਲ ਜਵਾਬ, ਗੁਰਬਾਣੀ ਕੰਠ ਮੁਕਾਬਲੇ ਆਦਿ ਕਰਵਾਏ ਜਾਣਗੇ। ਇਸ ਕਾਰਜ ਵਾਸਤੇ ਸਬ ਕਮੇਟੀ ਗਠਨ ਕਰਨ ਦੇ ਅਧਿਕਾਰ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਜਾਂਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਗੁਰਦੁਆਰਿਆਂ ਦੇ ਸੁਚਾਰੂ ਪ੍ਰਬੰਧ, ਧਰਮ ਅਤੇ ਪ੍ਰਚਾਰ ਪ੍ਰਸਾਰ ਅਤੇ ਵਿੱਦਿਆ ਦੇ ਫੈਲਾਅ ਲਈ ਕੀਤੇ ਜਾਂਦੇ ਕਾਰਜਾਂ ਨੂੰ ਸੋਸ਼ਲ ਮੀਡੀਆ 'ਤੇ ਦਰਸਾਉਣ ਲਈ ਇੱਕ ਵੱਖਰਾ ਵਿੰਗ ਸਥਾਪਿਤ ਕੀਤਾ ਜਾਵੇਗਾ। ਹਰਿਆਣਾ ਅਤੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਵਾਸਤੇ ਸੰਗਤਾਂ ਦੀ ਸਹੂਲਤ ਲਈ ਫ੍ਰੀ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ, ਤਾਂ ਕਿ ਜਿਨ੍ਹਾਂ ਸੰਗਤਾਂ ਨੇ ਸਾਧਨਾਂ ਦੀ ਘਾਟ ਕਾਰਨ ਅਜੇ ਤੀਕ ਦਰਸ਼ਨ ਨਹੀਂ ਕੀਤੇ ਉਹ ਸੰਗਤਾਂ ਗੁਰੂ ਰਾਮਦਾਸ ਦੀ ਅਸੀਸ ਬਖਸ਼ ਪ੍ਰਾਪਤ ਕਰ ਸਕਣ। ਇਸ ਕਾਰਜ ਵਾਸਤੇ ਜੇਕਰ ਬੱਸਾਂ ਦੀ ਖਰੀਦ ਕਰਨੀ ਪਵੇ ਤਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕਰ ਲਈ ਜਾਵੇਗੀ। ਇਸ ਤਰ੍ਹਾਂ IAS
ਤੇ IPS ਦੀ ਤਿਆਰੀ ਲਈ ਸਿੱਖ ਬੱਚਿਆਂ ਵਾਸਤੇ ਅਕਾਦਮਿਕ ਜਿਹੜੀ ਆ ਉਹ ਸ਼ੁਰੂ ਕੀਤੀ ਜਾਵੇਗੀ। ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਨੂੰ 15 ਲੱਖ ਰੁਪਏ ਦੇਣ ਦਾ ਜਿਹੜਾ ਉਹ ਵੀ ਫੈਸਲਾ ਕੀਤਾ ਗਿਆ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਬਾਬਾ ਹਜ਼ਾਰਾ ਸਿੰਘ ਲਾਦੀਨਪੁਰ, ਮਲਾਹ ਕੁਮਾ ਮਾਸਮੀ, ਗਿਆਨੀ ਬਾਦਲ ਸਿੰਘ ਪ੍ਰਚਾਰਕ, ਅਲਾਜ਼ਾਰ ਖਾਂ ਯੋਗੀ, ਭਾਈ ਗਨੀ ਖਾਂ, ਭਾਈ ਨਵੀ ਖਾਂ ਅਤੇ ਭਾਈ ਹਰੀ ਸਿੰਘ ਸੋਮਣੀ ਰਾਗੀ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਉਹ ਲਾਈਆਂ ਜਾਣਗੀਆਂ। ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਅੰਤਰ ਕਮੇਟੀ ਦੀ ਅੱਜ ਦੀ ਜੀ ਮੀਟਿੰਗ ਹੋਈ ਹੈ ਔਰ ਉਹਦੇ ਵਿੱਚ ਗੁਰਦੁਆਰਾ ਸਾਹਿਬਾਨ ਸੈਕਸ਼ਨ 85 ਅਤੇ 87 ਦੇ ਟਰੱਸਟਾਂ ਵਿੱਦਿਅਕ ਅਦਾਰਿਆਂ ਦੇ ਆਦਿ ਵਿੱਚ ਪਿਛਲੇ ਸਮੇਂ ਦੌਰਾਨ ਵਿਵਾਦਾਂ 'ਚ ਆਈਆਂ ਨਿਯੁਕਤੀਆਂ ਪ੍ਰਮੋਸ਼ਨਾਂ ਸੰਬੰਧੀ ਪੜਤਾਲ ਕਰਨ ਲਈ ਹੇਠ ਲਿਖੇ ਅਨੁਸਾਰ ਸਬ ਕਮੇਟੀ ਹੈ ਜਿਹੜੀ ਹੈ ਉਹ ਗਠਨ ਵੀ ਕੀਤੀ ਜਾਵੇਗੀ। ਸੋ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸਟਾਫ ਦੀ ਲੋੜ ਸੰਬੰਧੀ ਪੜਤਾਲ ਕਰਨ ਲਈ ਕਿ ਕਿਸ ਗੁਰਦੁਆਰਾ ਸਾਹਿਬ ਕਿੰਨੇ ਮੁਲਾਜ਼ਮੀ ਜ਼ਰੂਰਤ ਹੈ, ਕਿੰਨਾ ਸਟਾਫ ਵਾਧੂ ਹੈ, ਸਬ ਕਮੇਟੀ ਗਠਨ ਕਰਨ ਦੇ ਅਧਿਕਾਰ ਜਿਹੜੇ ਨੇ ਉਹ ਵੀ ਦਿੱਤੇ ਗਏ ਨੇ। ਗੁਰਦੁਆਰਾ ਸਾਹਿਬ ਧਰਮ ਪ੍ਰਚਾਰ ਕਮੇਟੀ, ਸਿੱਖ ਇਤਿਹਾਸ ਰਿਸਰਚ ਬੋਰਡ ਦੇ ਸੰਬੰਧਿਤ ਅਦਾਰਿਆਂ ਅਤੇ ਗੁਰਦੁਆਰਾ ਸਾਹਿਬ ਸੈਕਸ਼ਨ 85 ਦੇ ਮੁਲਾਜ਼ਮਾਂ 'ਚ ਅਨੁਸ਼ਾਸਨ ਬਣਾਉਣ ਲਈ ਬਾਇਓਮੈਟ੍ਰਿਕ ਹਾਜ਼ਰੀ ਤਕਨੀਕ ਸ਼ੁਰੂ ਕੀਤੀ ਜਾਵੇਗੀ। ਇਸ ਦੇ ਨਾਲ ਹਰ ਤਰ੍ਹਾਂ ਦੇ ਖਰਚਿਆਂ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਅੱਜ ਦੀ ਇਕੱਤਰਤਾ ਪ੍ਰਵਾਨ ਕਰਦੀ ਹੈ ਕਿ ਇਸ ਨਾਲ ਸੰਬੰਧਿਤ ਅਦਾਰਿਆਂ ਗੁਰਦੁਆਰਾ ਸਾਹਿਬਾਨ ਸੈਕਸ਼ਨ 85, ਸੈਕਸ਼ਨ 87, ਟਰੱਸਟਾਂ, ਵਿੱਦਿਅਕ ਅਦਾਰਿਆਂ ਆਦਿ ਵਿੱਚ ਕੰਮ ਕਰ ਰਹੇ ਕਰਮਚਾਰੀ ਜੇਕਰ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਕੇ ਜੇ ਕੋਈ ਨਸ਼ੇ, ਸ਼ਰਾਬ, ਰਿਸ਼ਵਤ, ਆਚਰਣਹੀਣਤਾ ਵਰਗੇ ਸੰਗੀਨ ਦੋਸ਼ਾਂ ਵਿੱਚ ਪੜਤਾਲ ਉਪਰੰਤ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਸਰਵਿਸ ਤੋਂ ਮੁਅੱਤਲ ਕਰਨ ਦੀ ਬਜਾਏ ਸਿੱਧਾ ਵਿਹਲਾ ਕੀਤਾ ਜਾਵੇਗਾ। ਕਿਸੇ ਵੀ ਸੂਰਤ ਵਿੱਚ ਇਹਨਾਂ ਦੋਸ਼ਾਂ ਦੇ ਦੋਸ਼ੀਆਂ ਨੂੰ ਦੁਬਾਰਾ ਸਰਵਿਸ ਵਿੱਚ ਨਹੀਂ ਲਿਆ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਸਬ ਕਮੇਟੀਆਂ ਬਣਾਈਆਂ ਜਾਣਗੀਆਂ। ਨਵੀਂ ਅੰਤਰ ਕਮੇਟੀ ਹੋਂਦ ਵਿੱਚ ਆਉਣ ਕਾਰਨ ਨਵੇਂ ਸਿਰਿਓਂ ਸਬ ਕਮੇਟੀਆਂ ਬਣਾਉਣ ਦਾ ਮਾਮਲਾ ਪੇਸ਼ ਹੋਣ 'ਤੇ ਪ੍ਰਵਾਨ ਹੋਇਆ। ਸਬ ਕਮੇਟੀਆਂ ਬਣਾਉਣ ਦੇ ਅਧਿਕਾਰ ਪ੍ਰਧਾਨ ਸਾਹਿਬ ਦਿੱਤੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਮਤਿ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਲਈ ਨਵੰਬਰ 2018 ਤੀਕ 1 ਲੱਖ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾਉਣ ਲਈ ਪ੍ਰੇਰਿਤ ਕਰੇਗੀ। ਇਸ ਲਹਿਰ ਦੀ ਅਗਵਾਈ ਖੁਦ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਫ਼ਤਾਵਾਰੀ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਮੈਂ ਆਪ ਖੁਦ ਜਾ ਕੇ ਜਿਹੜਾ ਹੈ ਇਹਦੀ ਅਗਵਾਈ ਕਰਾਂਗਾ। ਧਰਮ ਪ੍ਰਚਾਰ ਦੀ ਲਹਿਰ ਪ੍ਰਤੀ ਵਚਨਬੱਧ ਹੋਣ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਾਲ ਕਿਸੇ ਕਿਸਮ ਦੀ ਨਵੀਂ ਭਰਤੀ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਕੋਈ ਨਵਾਂ ਸਕੂਲ ਕਾਲਜ ਖੋਲ੍ਹਿਆ ਜਾਵੇਗਾ। ਪਹਿਲੇ ਚੱਲ ਰਹੇ ਵਿੱਦਿਅਕ ਅਦਾਰਿਆਂ ਨੂੰ ਸੁਚਾਰੂ ਰੂਪ ਵਿੱਚ ਜਿਹੜਾ ਹੈ ਉਹ ਚੰਗੀ ਤਰ੍ਹਾਂ ਚਲਾਇਆ ਜਾਵੇਗਾ। ਇਹ ਜਿਹੜੀਆਂ ਨੇ ਅੱਜ ਦੀਆਂ ਸਾਡੀ ਅਸੀਂ ਪ੍ਰਵਾਨ ਕੀਤੇ ਨੇ। ਵਾਹਿਗੁਰੂ ਜੀ ਕਾ ਖਾਲਸਾ। ਜਿਹੜਾ ਉਹ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਹੈ ਸਾਰੇ ਅਸੀਂ ਉਹ ਮੰਨਦੇ ਹਾਂ। ਧਰਮ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਾਰੇ ਸਿੱਖ ਜਿਹੜੇ ਨੇ ਉਹਨੂੰ ਪ੍ਰਵਾਨ ਕਰਦੇ ਨੇ। ਦੇਖੋ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ, ਜੋ ਉਹਨਾਂ ਦਾ ਉਦੇਸ਼ ਹੈ ਉਹ ਅਸੀਂ ਸਾਰੇ ਮੰਨ ਪ੍ਰਵਾਨ ਸਾਰਿਆਂ ਨੂੰ। ਉਹਦੀ ਅਸੀਂ ਕਮੇਟੀ ਬਣਾ ਦਿੱਤੀ ਹੈ, ਉਹ ਆ ਗਿਆ ਮਤਾ ਸਾਰਾ ਔਰ ਕਮੇਟੀ ਸਾਰੀ ਉਹਦਾ ਜਿਹੜੇ ਪੜਚੋਲ ਕਰੂਗੀ। ਉਹੀ ਆਇਆ ਨਾ ਤੁਹਾਡੇ ਸਾਹਮਣੇ ਮੈਂ ਦੱਸਿਆ ਕਿ ਉਹਦੀ ਜਿਹੜੀ ਹੈ ਸਬ ਕਮੇਟੀ ਅਸੀਂ ਬਣਾ ਦਿੱਤੀ ਹੈ
ਤੇ ਉਹ ਸਬ ਕਮੇਟੀ ਜਿਹੜੀ ਸਾਰੀ ਉਹਦਾ ਦੇਖ ਕੇ ਪੜਚੋਲ ਕਰਕੇ ਉਹ ਸਾਨੂੰ ਰਿਪੋਰਟ ਦਿਓ। ਸਾਡਾ ਜਿਹੜਾ ਮੁੱਖ ਜੱਦਾ ਹੈ ਉਹ ਹੈ ਧਰਮ ਪ੍ਰਚਾਰ ਲਹਿਰ ਨੂੰ ਜਿਹੜਾ ਪ੍ਰਚੰਡ ਕਰਨਾ, ਉਹਨੂੰ ਤੇਜ਼ ਕਰਨਾ, ਔਰ ਹਰ ਇਸ ਧਰਮ ਲਹਿਰ ਨੂੰ ਅਸੀਂ ਪਿੰਡ ਪਿੰਡ ਤੱਕ ਪਹੁੰਚਾਵਾਂਗੇ। ਇਹਦੇ ਵਿੱਚ ਸਾਰੇ ਜਿਹੜੇ ਸਾਡੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਅਸੀਂ 550 ਸਾਲਾ ਗੁਰੂ ਨਾਨਕ ਦੇਵ ਸਾਹਿਬ ਦਾ ਗੁਰਪੁਰਬ ਜਿਹੜਾ ਆ ਰਿਹਾ ਹੈ 2019 ਦੇ ਵਿੱਚ ਉਹਨੂੰ ਸਾਰਾ ਸਾਲ ਸਮਰਪਿਤ ਹੈ, ਔਰ ਤਕਰੀਬਨ ਹਰ ਹਲਕੇ ਦੇ ਵਿੱਚ ਅਸੀਂ 2-2 ਗੁਰਮਤਿ ਪ੍ਰਚਾਰ ਦੇ ਵੱਡੇ ਸਮਾਗਮ ਕਰਾਂਗੇ, ਉਹਨਾਂ ਵਿੱਚ ਅੰਮ੍ਰਿਤ ਸੰਚਾਰ ਵੀ ਜਿਹੜਾ ਹਰ ਥਾਂ 'ਤੇ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਨੇ ਚਮਕੌਰ ਦੇ ਸ਼ਹੀਦਾਂ ਦੀ ਜਿਹੜੇ ਸ਼ਹੀਦ ਹੋਏ ਸੀ ਗੁਰੂ ਸਾਹਿਬ ਦੇ ਨਾਂ ਸਿੰਘ ਸਾਰੇ ਦੇ ਸਾਹਮਣੇ ਆ, ਬੇਬੁਨਿਆਦ ਨੇ ਗੱਲਾਂ, ਬਾਕੀ ਕੋਰਟ ਚੱਲ ਰਿਹਾ, ਕੋਰਟ ਚੱਲ ਕੇ ਸਾਰਾ ਜਾਵੇ ਉੱਥੇ ਬਹਿਸ ਦੀ ਲੋੜ ਸਾਰਿਆਂ ਨੂੰ।